ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ, ਅੱਜ ਆਪਾਂ ਖੜੇ ਹਾਂ ਜੀ ਗੁਰਦੁਆਰਾ ਰਾਮਗੜੀਆ ਪਿੰਡ ਜਮਸ਼ੇਦ ਆਖਾਨਾ ਵਿਖੇ ਸਮੂਹ ਸਾਧ ਸੰਗਤ ਵੱਲੋਂ ਇੱਥੇ ਖਾਸ ਸਾਜਨਾ ਦਿਵਸ ਦੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜੀ। ਅਤੇ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਆਪਾਂ ਚੱਲ ਰਹੇ ਅੰਦਰ ਕਰਦੇ ਹਾਂ ਦਰਸ਼ਨ ਮੇਲੇ ਨਾਲੇ, ਨਾਲ ਮੇਰੇ ਗੁਰਪ੍ਰੀਤ ਸਿੰਘ ਅਤੇ ਬਾਦਲ ਸਿੰਘ ਸਾਡੇ ਪ੍ਰਧਾਨ ਸਾਹਿਬ। ਅੰਦਰ ਆਉਂਦੇ ਸਭ ਤੋਂ ਪਹਿਲਾਂ ਚੱਲ ਰਹੇ ਸੀ ਜੀ ਚਾਹ ਪਕੌੜਿਆਂ ਦੇ ਲੰਗਰ, ਅਤੇ ਆਪਾਂ ਚਾਹ ਪਕੌੜੇ ਛਕ ਲਈਏ ਫਿਰ ਚੱਲਦੇ ਦਰਬਾਰ ਹਾਲ 'ਚ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਬੇਨਤੀ ਕੀਤੀ ਸੀ ਮਹਾਰਾਜ, ਇਹ ਬਾਬਾ ਬੁੱਢਾ ਸਾਹਿਬ ਦੀ ਅੱਖ, ਇਹਨਾਂ ਨੇ ਅਮਰ ਛਕਿਆ ਨੀ। ਤੂੰ ਜੀ ਨੇ ਬੇਨਤੀ ਕੀਤੀ ਸੀ ਮਹਾਰਾਜ ਮੈਨੂੰ ਵੀ ਖੰਡੇ ਬਾਟੇ ਦੀ ਕੋਲ ਛਕਾ। ਮਹਾਰਾਜ ਨੇ ਕਿਰਪਾ ਕੀਤੀ, ਫਿਰ ਨਾਂ ਰੱਖਿਆ ਬਾਬਾ ਗੁਰੂ ਬਖਸ਼ ਮਾਲ ਦਾਲ ਵੈਰਾਗੀ, ਰਿੱਧੀਆਂ ਸਿੱਧੀਆਂ ਦਾ ਮਾਲਕ। ਇੱਡੀਆਂ ਸਿੱਧੀਆਂ ਤਪੱਸਿਆ ਸਾਡੀ ਨਹੀਂ, ਇੱਡੀਆਂ ਸਿੱਧੀਆਂ ਸਿੱਧੀਆਂ ਸਾਡੇ ਕੋਲ ਥੋੜ੍ਹਾ। ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਡਿੱਗੇ ਵਾਲੇ ਕੰਮ ਕਰ, ਕਰਤੂਤ ਬਸੁਕੀ ਮਾਨਸ ਦਾ ਲੋਕ ਗੁਜ਼ਾਰਾ ਕਰੇ ਦਿਨ ਰਾਤ, ਕਹਿੰਦੇ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ। ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਮਾਧੋ ਦਾਸ ਵੈਰਾਗੀ ਨੂੰ ਵੀ ਹਮਾਰੇ ਛੱਡਣਾ ਪੈ ਗਿਆ ਸਾਧ। ਅਸੀਂ ਮਾਲਕ ਉਹਨਾਂ ਨੇ ਅਮਰ ਛਕ ਲਿਆ ਬੰਦਿਆ, ਤੂੰ ਕਿਉਂ ਸੋਚਾਂ ਸੋਚ ਅੰਮ੍ਰਿਤ ਛਕ ਚੜ੍ਹ ਕੇ ਮਿਲਦੇ ਕਿਲੇ ਤੇ ਮਾਹੋ।
ਆਪਣੀਆਂ ਦਸ ਦੇ ਚੁੱਪ ਖੁਸ਼ ਹੋ ਕੇ ਤੇ ਸਾਰੀ ਜਨਤਾ ਨੂੰ ਬਣਾ ਦਿੰਦੇ ਨੇ। ਅਰਦਾਸ ਕਰਦਾ ਜਿਨ੍ਹਾਂ ਨੇ ਖੁਣਨ ਦਾ ਕਲਾ ਦਾ ਪੰਥ ਦਾ ਮਾਣ ਕੀਤਾ ਕੋਈ ਬਾਬਾ ਕਿਰਪਾ ਕਰੇ। ਮੈਂ ਸਪੀਕਰ ਵਾਲੇ ਭਾਜੀ ਨੂੰ ਪੁੱਛਿਆ, ਮੈਂ ਕਿਹਾ ਵੀ ਲੈਟ ਅੱਗੇ ਵੀ ਇੰਨੀ ਜਾਂਦੀ ਹੈ? ਕਹਿੰਦੇ ਨਹੀਂ, ਅੱਜ ਪਹਿਲੀ ਵਾਰ ਇੱਦਾਂ ਹੋਈ ਜਿਹੜੀ ਬਾਰ ਬਾਰ ਜਾਂਦੀ ਹੈ। ਇਹ ਸਪੀਕਰ ਵਾਲੀ ਆਵਾਜ਼ ਕਹਿੰਦੇ ਪਿਛਲੀ ਦੱਤ ਤਾਂ ਨਹੀਂ ਜਾਂਦੀ। ਉਹ ਬੰਦਾ ਕਹਿੰਦੇ ਕੋਲ ਹੀ ਬੈਠਾ ਸੱਟ ਦੇ, ਕਦੀ ਦੱਤ ਦਿੰਦਾ, ਕਦੀ ਕੱਟ ਦਿੰਦਾ, ਕਦੀ ਛੱਡ ਦਿੰਦਾ, ਕਦੀ। ਮੈਂ ਕਹਿੰਦਾ ਸਮਾਪਤੀ ਕਰਦੀ ਆ ਵੀ ਤੈਨੂੰ ਛੁੱਟੀ ਜਾਣਾ ਹੋਣਾ, ਰੋਟੀ ਰੋਟੀ ਖਾਣ ਦਿਓ। ਲਓ ਹੁਕਮ ਹੋਇਆ ਕਿ 10 ਮਿੰਟ ਤੁਹਾਡੇ ਕੋਲ ਇਕਬਾਰ ਕਹਿ ਕੇ ਅਸੀਂ ਖਿਮਾ ਦੇ ਜੱਜ ਹੋ ਜਾਣਾ ਹੈ। ਸਾਡੇ ਬਾਬਾ ਦੀ ਵਾਰੀ 50 ਕਮਲੇ ਤੁਹਾਡੀ ਜੱਜੇ ਨੂੰ ਇਨਾਮ ਦਿੰਦੇ ਨੇ, ਧੰਨਵਾਦ ਕਰਾਂਗਾ। ਸਾਡੇ ਇੱਧਰ ਵੀ ਸਿੰਘਾਂ ਵੱਲ ਬਹੁਤ ਸਾਰਾ ਮਾਣ, 50-50 ਕਮਲੇ, 100-100 ਕਮਲਾ ਆਇਆ ਹੈ। ਧੰਨਵਾਦ ਕਰਾਂਗਾ। ਸਾਡੀਆਂ ਭੈਣਾਂ ਵੱਲੋਂ ਵੀ ਬਹੁਤ ਸਾਰਾ ਸਤਿਕਾਰ ਆਇਆ ਹੈ। ਕਈ ਭੈਣਾਂ ਉੱਠ ਕੇ ਚਲੇ ਗਈਆਂ ਨੇ, ਮੈਂ ਕਿਹਾ ਸਭ ਮਾਇਆ ਦੇ ਲਾਉਣ ਲੱਗੀਆਂ ਨੇ, ਬਾਅਦ ਵਿੱਚ ਗਈਆਂ। ਚਲੋ ਮੈਂ ਰਾਤ ਸਭ ਦੀਆਂ ਰਾਤ ਦੀਆਂ ਬਸ ਪ੍ਰਵਾਨ ਕਰਾਂ। ਚੜ੍ਹਦੀ ਕਲਾ ਖੁਸ਼ੀ ਭਰਿਆ ਜੀਵਨ, ਅੱਜ ਖਾਲਸੇ ਦਾ ਜਨਮ ਦਿਨ ਹੈ ਸਤਸੰਗਾਂ, ਅੱਜ ਸਾਡਾ ਜਨਮ ਦਿਨ ਹੈ। ਸਾਰਾ ਸਿੱਖ ਜਗਤ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ। ਤੁਸੀਂ ਬੜੇ ਭਾਗਾ ਵਾਲੇ ਹੋ, ਜਮਸ਼ੇਰ ਨਗਰ ਵਾਲੇ। ਆਹ ਖਾਲਸਾ ਦੀ ਵੇਖੋ, ਚੰਦ ਮਸੰਦ ਤਾਰ ਕੱਢਦਾ ਕਿ ਖੱਗ ਅਸੀਂ ਮਸੀਂ ਚੱਕਿਆ ਤੇ ਘਰ ਪਟਾ ਦਿੰਦਾ। ਘਰ ਹੀ ਜਾਂਦੇ ਆ ਸਤ ਸੰਗਾ, ਸੱਪ ਲੜ ਗਿਆ, ਜ਼ਹਿਰੀਲਾ ਸੱਪ ਦੁਨੀ ਚੰਦ ਦੇ ਪੈਰ ਦੇ ਉੱਤੇ ਲੜਿਆ, ਸੰਸਾਰ ਤੋਂ ਉੱਤਰ ਗਿਆ, ਗੁਰੂ ਸਾਹਿਬਾਂ ਤੋਂ ਬੇਮੁਖੇ ਸੰਸਾਰ ਤੋਂ ਗਿਆ। ਮਹਾਰਾਜ ਕਹਿੰਦੇ ਬੇਮੁਖਾਂ ਦਾ ਵੀ ਕੋਈ ਜੀਵਨ ਹੈ, ਗੁਰੂ ਨਾਲੋਂ ਟੁੱਟਿਆ ਦਾ ਹੋਇਆ ਦਾ ਵੀ ਕੋਈ ਜੀਵਨ ਹੈ। ਜਦੋਂ ਅਸੀਂ 12 ਮਹਾਂ ਜੀ ਦਾ ਜਪ ਸਾਰੀ ਕਮੇਟੀ ਤਹਿ ਦਿਲੋਂ ਸ਼ੁਕਰਗੁਜ਼ਾਰ। ਲੈਂਟਰ ਪਿਆ ਹੈ, ਇਹ ਇਮਾਰਤ ਇਸੇ ਤਰ੍ਹਾਂ ਹੀ ਹੋਰ ਅੱਗੇ ਬਣਦੀ ਰਹਿਣੀ ਹੈ। ਜਿੰਨੀ ਵੀ ਮਾਇਆ ਆਏਗੀ ਉਹ ਮਾਇਆ ਲੜਦੀ ਰਹੇਗੀ। ਲੱਕੜ ਹਾਰ ਜਿੰਨਾ ਲੈਂਟਰ ਹੋਣ ਪਿਆ ਇਹਦੇ ਉੱਪਰ ਬਣੇਗਾ। ਜਿਸ ਜਗ੍ਹਾ ਤੇ ਖੜੇ ਹਾਂ ਇਹਦੇ ਉੱਤੇ ਇਹ ਛੱਤ ਜਿਹੜੀ 4 ਫੁੱਟ ਹੋਰ ਉੱਚੀ ਜਾਵੇਗੀ। ਇੱਕ ਪਾਸੇ ਸੁੱਖ ਆਸਣ ਦੀ ਜਗ੍ਹਾ ਹੋਵੇਗੀ, ਇੱਕ ਪਾਸੇ ਕਿਸੇ ਵੀ ਪਰਿਵਾਰ ਦੇ ਅਗਰ ਅਖੰਡ ਜਪੋ ਜਾਂ ਸਧਾਰਨ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਦੀ ਕੋਈ ਮਨਸ਼ਾ ਹੋਵੇ ਉਹ ਲਗਾਤਾਰ ਹੀ ਉਸ ਕਮਰੇ ਦੇ ਵਿੱਚ ਬਿਨਾਂ ਕਿਸੇ ਨਿਰੇ ਵਿਘਨ ਉਹ ਚੱਲਦੇ ਰਹਿਣਗੇ। ਇਹ ਇਸ ਜਿਸ ਜਗ੍ਹਾ ਖੜੇ ਹਾਂ ਇਸ ਛੱਤ ਦੀ 4 ਫੁੱਟ ਉੱਚੀ ਨਵੀਂ ਹੋਰ ਛੱਤ ਬਣੇਗੀ। ਜਿਸ ਹਾਲ 'ਚ ਬੈਠੇ ਹੋ ਉਸ ਹਾਲ ਦੇ ਉੱਪਰ ਇੱਕ ਲੰਗਰ ਹਾਲ ਬਣੇਗਾ, ਜਿਸ ਦੇ ਲਈ ਸਾਧ ਸੰਗਤ ਦਾ ਹਿੱਸਾ ਜਿਹੜਾ ਪਾਉਣਾ ਉਹ ਬਹੁਤ ਜ਼ਰੂਰੀ ਹੈ। ਇੱਧਰ ਸਾਡੇ ਹਲਵਾਈ ਸਾਹਿਬ ਲੱਗੇ ਜਤਿੰਦਰ ਭਾਜੀ, ਕਿੱਦਾਂ ਜੀ ਮਿਕਸ ਸਾਹਿਬ ਜੀ? ਲੰਗਰ ਵਾਲੀ ਮਿਕਸ ਸਾਹਿਬ ਚੱਲੂਗੀ, ਹੋਰ ਕਿਵੇਂ ਹੋ? ਲਓ ਜੀ ਤਿਆਰੀਆਂ, ਦਰਅਸਲ ਤਿਆਰ ਆ ਪ੍ਰਸ਼ਾਦਾ ਲੈਣ। ਲਓ ਜੀ ਪ੍ਰਸ਼ਾਦਾ ਪਾਣੀ ਤਿਆਰ ਆ ਤੇ ਗਰਮ ਗਰਮ ਜਲੇਬੀਆਂ ਵੀ ਨਿਕਲ ਰਹੀਆਂ ਆ। ਸਤਿ ਸ਼੍ਰੀ ਅਕਾਲ ਆਂਟੀ ਜੀ, ਇੱਧਰ ਜਲਦੀ ਪ੍ਰਸ਼ਾਦਾ ਦੀ ਸੇਵਾ ਹੈ। ਭੋਗ ਪੈਣ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਸਮੂਹ ਸੰਗਤਾਂ ਨੇ ਬੜੇ ਪਿਆਰ ਨਾਲ ਵਿਸਾਖੀ ਦਾ ਦਿਹਾੜਾ, ਜੋ ਕਿ ਹਰ ਇੱਕ ਲਈ ਖੁਸ਼ੀ ਦਾ ਦਿਹਾੜਾ ਹੈ, ਮਨਾਇਆ ਗਿਆ ਜਮਸ਼ੇਦ ਖਾਜ ਸੰਗਤ ਵੱਲੋਂ। ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ, ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।